ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮਾਨ ਨੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਨੂੰ ਸੰਦੇਸ਼ ਦੇਣ ਦਾ ਐਲਾਨ ਕੀਤਾ ਹੈ। ਧਿਆਨ ਸਿੰਘ ਮਾਨ ਫਰੀਦਕੋਟ ਵਿਖੇ ਬਰਗਾੜੀ ਕਾਂਡ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਸਾਹਿਬ ਸ਼ਰਧਾਂਜਲੀ ਦੇਣ ਪਹੁੰਚੇ ਸਨ। ਇਸ ਮੌਕੇ ਜਥੇਦਾਰ ਮੰਡ ਨੇ ਸਰਕਾਰੀ ਤੰਤਰ ਬਾਰੇ ਕਈ ਸਵਾਲ ਖੜੇ ਕੀਤੇ। ਸਰਕਾਰ ਨੇ ਹਮੇਸ਼ਾ ਸਿੱਖ ਸੰਗਤ ਨੂੰ ਉਲਝਾ ਕੇ ਰੱਖਿਆ, ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਆਪਣਾ ਪੱਲਾ ਝਾੜਦੇ ਹੋਇਆਂ CBI ਦੀ ਇਨਕੁਆਇਰੀ ਲਾਤੀ, ਕੋਈ ਰਿਪੋਰਟ ਲੋਕਾਂ ਦੇ ਸਾਹਮਣੇ ਨਹੀਂ। ਇਹਦੋਂ ਵੱਡੀ ਮਾੜੀ ਗੱਲ ਸਰਕਾਰ ਵਾਸਤੇ ਹੋਰ ਕੋਈ ਹੋ ਨਹੀਂ ਸਕਦੀ। ਇੱਕ ਸਾਲ ਦੇ ਵਿੱਚ ਵੀ ਜੇ ਕੇਸ ਟਰੇਸ ਨਾ ਹੋਇਆ ਹੋਵੇ ਤਾਂ ਫਿਰ ਉਹ ਸਰਕਾਰ ਨਹੀਂ ਚੱਲਣੀ ਚਾਹੀਦੀ, ਉਹ ਲੋਕਾਂ ਦੀ ਸਰਕਾਰ ਨਹੀਂ ਘਵਾ ਸਕਦੀ। ਮੈਂ ਕਹਿੰਦਾ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਉਹ ਇਹਨਾਂ ਦੀ ਪਕੜ 'ਚ ਨਹੀਂ ਆ ਰਿਹਾ, ਉਹਨਾਂ ਨੂੰ ਫੜਨ ਵਿੱਚ ਬੁਰੀ ਤਰ੍ਹਾਂ ਅਸਫਲ ਹੋਏ ਨੇ। ਪਰ ਜਿਹੜੇ ਸਾਡੇ 2 ਨੌਜਵਾਨ ਸ਼ਹੀਦ ਕੀਤੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਬੈਰਲ ਦੇ ਵਿੱਚ ਉਹ ਦਿਨ ਗੋਲੀ ਨਿਕਲੀ, ਉਹ ਕਿਹੜੇ ਅਫਸਰ ਨੇ, ਕਿਹਦੇ ਆਰਡਰ ਹੋਏ ਨੇ, ਕਿੰਨੇ ਗੋਲੀਆਂ ਮਾਰੀਆਂ ਉਹਨਾਂ 'ਤੇ, ਉਹ 302 ਦਾ ਮੁਕੱਦਮਾ ਕਿਉਂ ਨਹੀਂ ਚਲਾਇਆ। ਦੇਖੋ 6 ਜੂਨ ਜਿਹੜਾ ਨਾ, ਇਹ ਸਾਡਾ ਘੱਲੂਘਰ ਹਫ਼ਤਾ। ਇਸ ਦਿਨ ਭਾਰਤ ਸਰਕਾਰ ਨੇ ਸਾਡੇ ਧਰਮ ਦੇ ਉੱਤੇ ਫੌਜੀ ਹਮਲਾ ਕੀਤਾ ਔਰ ਸਾਡੇ ਹਜ਼ਾਰਾਂ ਜਿਹੜੇ ਸਿੱਖ ਜਿਹੜੇ ਬੀਬੀਆਂ ਬੱਚੇ ਸ਼ਹੀਦ ਕੀਤੇ ਨੇ, ਅਤੇ ਸਾਨੂੰ ਹੱਕ ਹੈ ਕਿ ਅਸੀਂ ਉਹਨਾਂ ਦਾ ਸ਼ਹੀਦੀ ਦਿਨ ਮਨਾਈਏ। ਜਿਹੜੇ ਸ਼ਹੀਦ ਕੌਮ ਦੇ ਹੋ ਜਾਣ ਨਾ, ਉੱਥੇ ਸਾਰੀ ਕੌਮ ਜਾਂਦੀ ਹੈ। ਅਸੀਂ ਜਾ ਰਹੇ ਹਾਂ, ਹਰ ਸਾਲ ਜਾਂਦੇ ਹਾਂ, ਇਸ ਵਾਰੀ ਵੀ ਜਾ ਰਹੇ, ਕੋਈ ਟਕਰਾਓ ਦੀ ਨੀਤੀ ਨਾਲ ਨਹੀਂ ਜਾ ਰਹੇ, ਅਮਨ ਸ਼ਾਂਤੀ ਰੱਖ ਕੇ ਜਾ ਰਹੇ ਹਾਂ। ਔਰ ਸਾਨੂੰ ਵੀ ਪਤਾ ਵੀ ਗੁਰੂ ਮਹਾਰਾਜ ਦਾ ਸਤਿਕਾਰ ਕਿਵੇਂ ਰੱਖਣਾ, ਮਰਜ਼ਾਦਾ ਕਿਵੇਂ ਬਹਾਲ ਰੱਖਣੀ ਹੈ, ਨਾ ਕਿ ਸਾਨੂੰ ਸ਼੍ਰੋਮਣੀ ਕਮੇਟੀ ਵਾਲੇ ਸਿਖਾਉਣ ਜਾਂ ਸਾਨੂੰ ਸਰਕਾਰ ਸਿਖਾਵੇ। ਸਾਨੂੰ ਪਤਾ ਅਸੀਂ ਰੋਜ਼ ਬਾਣੀ ਪੜ੍ਹਨ ਵਾਲੇ ਹੈਗੇ ਹਾਂ, ਸਾਨੂੰ ਸਾਰੀ ਅਕਲ ਆ। ਸੰਦੇਸ਼ ਮੈਂ ਪਹਿਲਾਂ ਤਾਂ ਕਦੀ ਪੜ੍ਹਿਆ ਨਹੀਂ, ਪਰ ਜਦੋਂ ਮੈਨੂੰ ਸੰਗਤ ਨੇ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਅਤੇ ਇਸ ਘੱਲੂਘਰ ਹਫ਼ਤੇ ਦੇ ਵਿੱਚ ਜਾਂ ਦੀਵਾਲੀ ਦੇ ਉੱਤੇ ਮੇਰਾ ਫਰਜ਼ ਬਣਦਾ ਕਿ ਮੈਂ ਕੌਮ ਦੇ ਨਾਂ ਦੇ ਕੋਈ ਸੰਦੇਸ਼ ਦੇਵਾਂ। ਦੀਵਾਲੀ ਵਾਲੇ ਦਿਨ ਵੀ ਸਾਨੂੰ ਬੜਾ ਰੋਕਿਆ ਗਿਆ ਸੀ, ਬੜੀਆਂ ਪਾਬੰਦੀਆਂ, ਫੋਰਸਾਂ ਸਾਰਾ ਕੁਛ ਲੈ ਗਿਆ ਸੀ, ਅੰਦਰ ਵੀ ਪੁਲਿਸ ਵਾੜੀ ਹੋਈ ਸੀ ਸਿਵਲ ਵਰਦੀ ਦੇ ਵਿੱਚ, ਅਤੇ ਉਦੋਂ ਵੀ ਸਾਨੂੰ ਇਹ ਨਹੀਂ ਰੋਕ ਸਕੀ ਸਰਕਾਰ। ਗੁਰੂ ਮਹਾਰਾਜ ਨੇ ਸੰਦੇਸ਼ ਪੜ੍ਹਾਇਆ, ਹੁਣ ਵੀ ਗੁਰੂ ਰਾਮਦਾਸ ਪਾਤਸ਼ਾਹ ਚਾਹੁਣਗੇ, ਗੁਰੂ ਹਰਗੋਬਿੰਦ ਪਾਤਸ਼ਾਹ ਚਾਹੁਣਗੇ, ਸੰਗਤਾਂ ਚਾਹੁਣਗੀਆਂ ਅਤੇ ਪੜ੍ਹਾਂਗੇ। ਬਰਗਾੜੀ ਕਾਂਡ ਦੀ ਬਰਸੀ ਮੌਕੇ ਸਿਮਰਨਜੀਤ ਸਿੰਘ ਮਾਨ ਨੇ 2017 ਦੀਆਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦਾ ਵਿਰੋਧ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਅਜੇ ਤੱਕ ਸਿੱਖ ਕੌਮ ਨੂੰ ਪਿਛਲੇ ਸਾਲ ਜੋ ਸਾਡੇ ਉੱਤੇ ਜ਼ੁਲਮ ਹੋਏ ਹੈ, ਸਾਡੇ ਬੱਚੇ ਇੱਥੇ ਮਾਰੇ ਗਏ ਹੈ, ਗੁਰਜੀਤ ਸਿੰਘ, ਫਿਰ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਦੇ ਕਾਤਲ ਅਜੇ ਤੱਕ ਨਹੀਂ ਗ੍ਰਿਫਤਾਰ ਹੋਏ, ਗੁਰੂ ਮਹਾਰਾਜ ਜਿਹੜੇ ਬੇਅਦਬੀ ਹੋਈ ਹੈ ਜਿਨ੍ਹਾਂ ਦੀ, ਉਹਨਾਂ ਦਾ ਵੀ ਨਹੀਂ ਸਾਨੂੰ ਪਤਾ ਸੂਹ ਲੱਗ ਰਿਹਾ, ਅਤੇ ਅਸੀਂ ਅਖੀਰ ਤੱਕ ਨਾ ਅਸੀਂ ਕਾਂਗਰਸ ਨੂੰ ਮੰਨੀਏ, ਨਾ ਅਸੀਂ ਆਮ ਆਦਮੀ ਪਾਰਟੀ ਨੂੰ ਮੰਨੀਏ, ਨਾ ਅਸੀਂ BJP, ਨਾ ਬਾਦਲ ਦਲੀਆਂ ਨੂੰ। ਜੇ ਲੋਕਾਂ ਨੇ ਇਹਨਾਂ ਨੂੰ ਫਿਰ ਤੋਂ ਮੰਨਣਾ, ਫਿਰ ਇਹ ਸਮਝ ਲਓ ਕਿ ਸਿੱਖ ਕੌਮ ਹੋਰ 5 ਸਾਲਾਂ ਦੇ ਲਈ ਗੁਲਾਮ ਰਹੂਗੀ। ਅਸੀਂ
ਨੌਕਰੀਆਂ ਤੋਂ ਅਸਤੀਫੇ ਦਿੱਤੇ ਹੈ, ਸਾਡੇ ਬੱਚੇ ਸ਼ਹੀਦ ਹੋ ਗਏ ਹੈ, ਕਿ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਕਿਉਂ ਚੜ੍ਹਾਈ ਕੀਤੀ ਮਿਲਟਰੀ ਦੇ ਨਾਲ, ਅਤੇ ਅਸੀਂ ਕਿਵੇਂ ਗੜਬੜ ਕਰ ਸਕਦੇ ਹਾਂ? ਅਸੀਂ ਤਾਂ ਮਦਈ ਹੈ, ਮਦਈ ਤਾਂ ਕਦੇ ਗੜਬੜ ਨਹੀਂ ਕਰੂਗਾ। ਅਸੀਂ ਤਾਂ ਉੱਥੇ ਆਪਣਾ ਦੁੱਖ ਪ੍ਰਗਟ ਕਰਨ ਦੇ ਲਈ, ਅਰਦਾਸ ਕਰਨ ਲਈ ਚੱਲੇ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਹੌਸਲਾ ਬਖਸ਼ੇ, ਜਿਹਦੇ ਨਾਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਹੁਕਮ ਬਾਬਰ ਜਾਬਰ ਉਹਦੇ ਖਿਲਾਫ਼ ਅਸੀਂ ਉਦੋਂ ਤੱਕ ਲੜਦੇ ਰਹੀਏ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ। ਇੱਕ ਪਾਸੇ ਪੰਜਾਬ ਭਰ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੈਰਾਮਿਲਟਰੀ ਫੋਰਸਿਸ ਤੈਨਾਤ ਕੀਤੀਆਂ ਜਾ ਰਹੀਆਂ ਨੇ, ਅਤੇ ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮਨ ਨੇ 6 ਜੂਨ ਨੂੰ ਸ਼ਹੀਦੀ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਦਾ ਐਲਾਨ ਕੀਤਾ ਹੈ। ਬਿਊਰੋ ਰਿਪੋਰਟ, D5 ਨਿਊਜ਼।